ਘਰ ਦੇ ਅਲੱਗ ਅਲੱਗ ਰੂਪ ਰਿਸ਼ਤੇ ਅਤੇ ਘਰ ਕੰਨੇ ਜੁੜੀ ਦੀਆਂ ਇਨਸਾਨ ਦੀਆਂ ਸੰਵੇਦਨਾ ਜਿੰਨੀਆਂ ਵੀ ਹਨ, ਘਰ ਦੇ ਜਿੰਨੇ ਜੀਨ ਜੀਵਨ ਸਾਥੀ ਨ ਬੱਚੇ ਨ ਇਹਨੇ ਸਾਰੇ ਦੀਆਂ ਭਾਵਨਾਏ ਗੀ ਅਤੇ ਸੰਵੇਦਨਾਏ ਗੀ ਐਮੋਸ਼ਨਸ ਗੀ ਇੱਕ ਇੱਕ ਪਾਦੇ 'ਚ ਬੜੀ ਸੁਰੋਖੜ ਭਾਸ਼ਾ 'ਚ ਬੜੀ ਠੇਠ ਭਾਸ਼ਾ 'ਚ ਇਹਨੇ ਅਭਿਵਿਅਕਤ ਕੀਤਾ ਦਾ ਘਰ ਦੇ ਥੀਮ ਗੀ। ਇਸ ਕਿਤਾਬ ਵੀ ਪੜ੍ਹੀਏ ਲੱਗਦਾ ਕਿ ਲੇਖਕ ਕਿੰਨਾ ਸਮਰਥਵਾਨ ਹੈ, ਇੱਕ ਵਿਸ਼ੇ ਪਰ ਇੰਨਾ ਕੁਛ ਲਿਖਣਾ ਇਹ ਸਾਰੇ ਲੇਖਕਾਂ ਦੀ ਸਮਰਥ 'ਚ ਨਹੀਂ ਹੁੰਦਾ। ਇਹ ਕੋਈ ਐਸਾ ਗੈ ਲੇਖਕ ਲਿਖ ਸਕਦਾ ਜਿਹਨੇ ਜੀਵਨ ਦੀ ਬੜੀ ਗੰਭੀਰਤਾ ਕੰਨੇ ਭੋਗੇ ਦਾ ਹੋਵੇ, ਜੀਵਨ ਦੇ ਸੁੱਖ ਦੁੱਖ ਖੁਸ਼ੀਆਂ ਗਮ ਜੀਵਨ ਦੀ ਹਰ ਚੀਜ਼ ਉਹਨੇ ਹਰ ਗੁਜ਼ਰਦੇ ਦਿਨ ਗੀ ਹਰ ਗੁਜ਼ਰਦੇ ਪਾਲ ਗੀ ਪੂਰਾ ਨਿਚੋੜੇ ਦਾ ਹੋਵੇ, ਉਹੀ ਉਹ ਇਸ ਕਿਸਮ ਦੀ ਅਨੁਭੂਤੀ ਦੇ ਸਕਦਾ। ਅੱਜ ਤੇ ਅੱਜ ਹੈ ਤਾਂ ਮੈਂ ਆਖਾਂ ਇਹਦੀ ਬੱਤਾ ਟੁਰ, ਬੜਾ ਬਲ ਗਿਆ ਕੱਲਾ ਤਾਈਂ ਕੱਲ ਨਹੀਂ ਆਇਆ ਪਰ ਅੱਜ ਹੈ ਮੇਰਾ, ਮੈਂ ਅੱਜਾ ਦਾ ਰਸ ਨਿਚੋੜੀ ਲੈਣਾ, ਕੱਲ ਪਤਾ ਨਹੀਂ ਕੋਹਦਾ ਆਉਣਾ, ਅੱਜ ਹੈ ਮੇਰਾ ਘਰ। ਆਜ ਤੋ ਬਸ ਹੈ ਆਜ ਕਹੂੰ ਮੈਂ ਚਲ ਤੂੰ ਇਸੀ ਡਗਰ, ਇੰਤਜ਼ਾਰ ਹੀ ਆਇਆ ਹਿੱਸੇ ਕੱਲਾ ਆਇਆ ਮਗਰ, ਆਜ ਕੋ ਆਜ ਹੀ ਭੋਗੂੰਗਾ ਮੈਂ ਕੱਲ ਕੀ ਜਾਣੇ ਕੌਣ, ਕੱਲ ਨਾ ਜਾਣੇ ਕਿਸਕਾ ਹੋਗਾ, ਆਜ ਹੈ ਮੇਰਾ ਘਰ। ਸ਼ਾਲੀ ਮਾਰ ਤੇ ਚਸ਼ਮਾ ਸ਼ਾਹੀ ਝਰਨੇ ਦੀ ਚਰ ਚਰ, ਪਹਿਲੋ ਪਹਿਲ ਮੈਂ ਓਠੇ ਚੁੰਮੇ ਤੇਰੇ ਸ੍ਰੀ ਨਗਰ, ਡਲਾ ਦੇ ਅੰਦਰ ਇੱਕ ਸ਼ਿਕਾਰਾ ਬੈਠੇ ਮੈਂ ਤੇ ਤੂੰ, ਕੀ ਕੀਤਾ ਹਾ ਅਸੇ ਮਿਥੇ ਹੈ ਕੈਸੇ ਕੈਸੇ ਕਰ। ਸ਼ਾਲੀਮਾਰ ਔਰ ਚਸ਼ਮਾ ਸ਼ਾਹੀ ਝਰਨੋ ਕੀ ਝਰਝਰ, ਪਹਿਲੀ ਬਾਰ ਜੋ ਹੋਂ ਥਿਚੂ ਮੈਂ ਤੇਰੇ ਸ੍ਰੀਨਗਰ, ਡਲਕੇ ਭੀਤਰ ਏਕ ਸ਼ਿਕਾਰਾ ਬੈਠੇ ਮੈਂ ਔਰ ਤੂੰ, ਕਿਆ ਕਰ ਬੈਠੇ ਹਮਨੇ ਚਾਹੇ ਕੈਸੇ ਕੈਸੇ ਘਰ। ਮੈਂ ਜਿਹੜੀ ਤੁਈ ਦਿੱਤੀ ਦੀ ਹੈ ਇਰਖਾ ਦੀ ਗਾਗਰ, ਮੇਰੇ ਨੜੋਏ ਪਰਲੇ ਚਲਿਆਂ ਬਿਲਕੁਲ ਖਾਲੀ ਕਰ, ਨਾ ਰੋਇਆ ਨਾ ਸੋਗ ਮਨਾਇਆ ਤੁਗੀ ਹੈ ਮੇਰੀ ਸਹੁੰ, ਫੁੱਲ ਮੇਰੇ ਇਹਦੇ 'ਚ ਪਾਈਏ ਰੱਖਿਆ ਇਸਗੀ ਘਰ। ਮੈਨੇ ਤੁਮੇ ਸੌਂਪ ਰੱਖੀ ਹੈ ਪ੍ਰੇਮ ਕੀ ਜੋ ਗਾਗਰ, ਮੇਰੀ ਸ਼ਵ ਯਾਤਰਾ ਮੈਂ ਲਾਨਾ ਬਿਲਕੁਲ ਖਾਲੀ ਕਰ, ਨਾ ਰੋਣਾ ਨਾ ਸ਼ੋਕ ਮਨਾਨਾ ਮੇਰੀ ਤੁਮੇ ਕਸਮ, ਮੇਰੀ ਅਸਥੀਆਂ ਡਾਲ ਕੇ ਇਸਮੇ ਰੱਖਣਾ ਆਪਣੇ ਘਰ।